ਇਸ ਤਜਰਬੇ ਵਿੱਚ ਤੁਸੀਂ ਪਾਣੀ ਸੋਕਣ ਵਾਲਾ ਪੋਲੀਮਰ ਜਿਸ ਨੂੰ ਸੋਡੀਅਮ ਪੋਲੀਐਕਰਾਲਾਈਟ ਕਹਿੰਦੇ ਹਨ ਦੀਆਂ ਅਦਭੁਤ ਵਿਸ਼ੇਸ਼ਤਾਵਾਂ ਨੂੰ ਦੇਖੋਗੇ। ਇਸ ਪੋਲੀਮਰ ਦਾ 1/3 ਚਮਚ ਲਵੋ ਅਤੇ ਉਸ ਨੂੰ ਖਾਲੀ ਗਲਾਸ ਵਿੱਚ ਪਾ ਦਿਓ। ਥੋੜਾ ਜਿਹਾ ਰੰਗਦਾਰ ਪਾਣੀ ਪਾਓ ਅਤੇ 5 ਮਿੰਟ ਤੱਕ ਉਡੀਕ ਕਰੋ। ਕੁਝ ਦੇਰ ਬਾਅਦ ਪਾਊਡਰ ਪਾਣੀ ਵਿੱਚ ਮਿਲ ਜਾਵੇਗਾ ਅਤੇ ਕੈੜੀ ਜੈੱਲ ਬਣ ਜਾਵੇਗਾ। ਗਲਾਸ ਨੂੰ ਉਲਟਾ ਕਰਨ ਨਾਲ ਵੀ ਜੈੱਲ ਥੱਲੇ ਨਹੀਂ ਡਿੱਗੇਗੀ। ਇਹ ਪੋਲੀਮਰ ਬੱਚਿਆਂ ਦੇ ਨੈਪਿਸ ਅਤੇ ਖੇਤੀਬਾੜੀ ਵਿੱਚ ਵੀ ਵਰਤਿਆ ਜਾਂਦਾ ਹੈ ਕਿਉਂਕਿ ਇਹ ਆਪਣੇ ਭਾਰ ਨਾਲੋਂ 700 ਗੁਣਾ ਪਾਣੀ ਸੋਖ ਸਕਦਾ ਹੈ।